ਹਾਂਜੀ, ਅਸੀਂ ਆਏ ਹਾਂ ਗੁਰਦੁਆਰਾ ਸਾਹਿਬ, ਇੱਥੇ ਮੱਥਾ ਟੇਕਣਾ ਸੀਗੇ, ਅਤੇ ਸਾਡੇ ਵੀਰ ਰਣਜੀਤ ਸਿੰਘ ਜੀ ਅੱਜ ਛੁੱਟੀ ਆ, ਸੈਚਰਡੇ ਆ, ਅਤੇ ਫਿਰ ਘਰ ਹੁੰਦੇ ਅਸੀਂ। ਹੁਣ ਗੁਰਦੁਆਰਾ ਸਾਹਿਬ ਸਾਡੀ ਬਣ ਰਹੀ ਹੈ ਚਾਹ, ਅੱਜ ਇੱਧਰ ਸਾਡਾ ਛੋਟੂ ਵੀ ਖੜਾ, ਅਨੰਦਜੋਤ ਸਿੰਘ, ਅਨੰਦ ਪੈ ਕਰ ਦੇ ਪੈ ਕਰ ਵਧੀਆ ਭਾਜੀ ਬਣਾਈ ਜਾਂਦੇ ਸੀ ਵੀਡੀਓ, ਮੈਂ ਬਲੌਗ ਬਣਾਉਂਦੇ ਹਾਂ, ਕਹਿੰਦੇ ਹਾਂ ਮੈਂ ਬਲੌਗ ਫਿਰ ਏਦਾਂ ਬਣਾਇਆ, ਬਣਾਉਂਦਾ ਆ ਹੁਣ ਚਾਹ ਪੀ ਕੇ ਫਿਰ ਅਸੀਂ ਜਾਣਾ ਇੱਥੇ। ਹਾਂਜੀ, ਨਹੀਂ ਮੈਂ ਨਹੀਂ ਪਾਇਆ ਜੀ, ਠੀਕ ਹੈ ਠੀਕ ਹੈ, ਨਹੀਂ ਮੈਂ ਤਾਂ ਹੀ ਬਣਾਈ ਜੀ, ਮੈਂ ਸ਼ੂਗਰ ਨਹੀਂ ਪਾਇਆ, ਕੋਈ ਨਹੀਂ ਕੋਈ ਨਹੀਂ, ਸ਼ੂਗਰ ਨਹੀਂ ਪਾਇਆ ਮੈਂ, ਮੈਨੂੰ ਪਤਾ ਸੀਗਾ ਮੈਂ ਕਿਹਾ ਪੀਂਦਾ ਨਹੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸੁਣਾਓ ਕਿ ਤੁਹਾਡੀ ਠੀਕ ਹੋ। ਹਾਂਜੀ, ਅੱਜ ਆ 2:15 ਨਾ, 2 ਵਜੇ ਦੇ ਕਰੀਬ ਆਹ ਗ੍ਰਹਿਣ ਲੱਗਿਆ ਹੋਇਆ, ਆਹ ਦੇਖੋ ਹਨੇਰਾ ਹੋ ਗਿਆ, ਅਤੇ 3 ਵਜੇ ਆ, ਮੈਂ ਵੀਡੀਓ ਵੀ ਬਣਾਈ ਆ ਉੱਪਰੋਂ, ਅਤੇ ਆਹ ਵੇਖੋ ਸੂਰਜ ਗ੍ਰਹਿਣ ਲੱਗਿਆ ਹੋਇਆ, ਅਤੇ ਅੱਜ ਇਹ 3 ਦੇ ਕਰੀਬ ਲੱਗਣਾ ਸੀਗਾ, ਆਹ ਦੇਖੋ ਲੱਗਿਆ ਹੋਇਆ, ਆਹ ਦੇਖੋ ਬਿਲਕੁਲ 3 ਵਜੇ ਹਨੇਰਾ ਹੋ ਗਿਆ, ਆਹ ਵੇਖੋ ਵਿੱਚੋਂ ਟਰੱਕ ਹਰਾ ਹਨੇਰਾ ਹੋ ਗਿਆ ਸਾਰਾ, ਦੇਖ ਲਓ ਕਿੱਦਾਂ ਦਾ ਸੈੱਟ ਵਾ, ਕੁਦਰਤ ਦੇ ਰੰਗ ਦੇਖ ਲਓ, ਆਹ ਵੇਖੋ ਵਾਹਿਗੁਰੂ, ਆਹ ਵੇਖੋ ਬਿਲਕੁਲ ਹਨੇਰਾ ਹੋ ਗਿਆ, 3 ਵਜੇ ਆ, ਗੱਡੀਆਂ ਲਾਈਟਾਂ ਦੇਖੋ ਚੱਲ ਪਈਆਂ, 3 ਵਜੇ 3 ਵਜੇ ਲਾਈਟਾਂ ਚੱਲੀਆਂ ਸਾਰੀਆਂ, ਆਹ ਆਹ ਵੇਖੋ ਵੀਡੀਓ ਬਣਾਈ ਆ ਮੈਂ ਵੀ, ਆਹ ਵੇਖੋ ਬਿਲਕੁਲ ਹੋਰ ਹਨੇਰਾ ਹੋ ਗਿਆ, ਦੇਖੋ ਧੁੱਪ ਹਨੇਰਾ ਹੋ ਗਿਆ, 3 ਵਜੇ ਆ ਜਨਾ, ਦੇਖ ਲਓ ਕੁਦਰਤ ਦੇ ਰੰਗ ਹੈ, ਪੂਰਾ ਧੁੱਪ ਜੀ ਸੂਰਜ ਜੀਗਾ ਪੂਰਾ ਐਨ ਹੈ, ਆਹ ਦੇਖੋ ਹਨੇਰਾ ਹੋ ਗਿਆ, ਆਹ ਜਿਵੇਂ 7-8 ਦਾ ਟਾਈਮ ਹੁੰਦਾ ਨਾ ਇੱਦਾਂ ਲੱਗਦਾ, ਆਹ ਦੇਖੋ ਕਿੰਨਾ ਹਨੇਰਾ ਹੋ ਗਿਆ, ਆਹ ਦੇਖੋ ਦੇਖੋ ਆਹ ਗੱਡੀਆਂ ਲਾਈਟਾਂ ਦੇਖੋ ਕਿਵੇਂ ਚੱਲਦੀਆਂ ਸਾਰੀਆਂ, ਆਹ ਆਹ ਵੇਖੋ ਆਹ ਇੱਦਾਂ ਗ੍ਰਹਿਣ ਲੱਗਿਆ ਹੋਇਆ, ਆਹ ਵੇਖੋ ਆਹ ਵਿੱਚ ਆ ਤੁਹਾਨੂੰ ਦਿਸ ਰਹੀ ਹੈ ਨਾ ਉਹ ਬਿੰਦੀ ਜੀ ਕਾਲੀ ਜੀ, ਇਹ ਲੱਗਿਆ ਹੋਇਆ ਸੂਰਜ ਗ੍ਰਹਿ, ਅਤੇ ਮੈਂ ਇੱਥੇ ਰੋਡ 'ਤੇ ਖੜ੍ਹ ਕੇ ਵੀਡੀਓ ਬਣਾ ਰਿਹਾ ਸੀਗਾ, ਆਹ ਸਾਰੇ ਲੋਕ ਇੱਥੇ ਨਾ ਖੜ੍ਹ ਕੇ ਰੋਡਾਂ 'ਤੇ ਗੱਡੀਆਂ ਵਾਲੇ ਸਾਰੇ ਵੀਡੀਓ ਬਣਾ ਰਹੇ ਆ, ਅਤੇ ਮੈਂ ਵੀ ਇੱਥੇ ਸਾਈਡ 'ਤੇ ਲਾਇਆ ਸੀ ਟਰੱਕ ਮੈਂ, ਅਤੇ ਮੈਂ ਕਿਹਾ ਚਲੋ ਆਪਾਂ ਇਹ ਵੀਡੀਓ ਬਣਾਉਂਦੇ ਹਾਂ, ਆਹ ਵੇਖੋ ਇੱਦਾਂ ਲੱਗਿਆ ਹੋਇਆ, ਸਾਰੇ ਲੋਕ ਰੁਕੇ ਹੋਏ ਆ, ਮੈਂ ਲੋਡ ਚੱਕ ਕੇ ਲੈ ਕੇ ਆਇਆ ਸੀਗਾ ਇੱਥੋਂ ਹਾਇਓ ਤੋਂ ਡਲਵੇਅਰ ਤੋਂ, ਅਤੇ ਆਹ ਲੋਕ ਸਾਰੇ ਖੜ੍ਹੇ ਆ ਇੱਥੇ ਬਣਾ ਰਹੇ ਵੀਡੀਓ, ਕੰਪਲੀਟ ਆ, ਹੁਣ ਦੇ ਲੋ ਤਿਆਰ ਹੋ ਗਿਆ।
ਆਹ ਨੇ ਕੁਦਰਤ ਦੇ ਨਜ਼ਾਰੇ, ਇਹਨੂੰ ਕਹਿੰਦੇ ਨੇ ਕੁਦਰਤ। ਆਹ ਵੇਖੋ ਹੁਣ ਧੁੱਪ ਹੋ ਗਈ ਪੂਰੀ, ਬਸ ਆਹ ਸੀਗਾ ਵਾ 4-5 ਮਿੰਟ ਦਾ ਸੀਗਾ ਹਰਾ ਇਹ। ਆਹ ਵੇਖੋ ਹੁਣ ਉਹੀ ਆ, ਤੁਹਾਨੂੰ ਰੋਡ ਦਿਖਾਇਆ ਮੈਂ ਉਸੇ ਰੋਡ 'ਤੇ ਆ ਰਿਹਾ, ਅਤੇ ਹੁਣ ਧੁੱਪ ਵੀ ਹੋ ਗਈ ਆ, ਧੁੱਪ ਨਿਕਲਣੀ ਹੌਲੀ ਹੌਲੀ ਆ। ਇਹ ਬਿਲਕੁਲ ਸੂਰਜ ਦੇ ਅੱਗੇ ਦੀ ਲੰਘਿਆ ਕੋਈ ਗ੍ਰਹਿ, ਅਤੇ ਉਹਦਾ ਕਰਕੇ ਨਾ ਆਹ ਦੇਖੋ ਧੁੱਪ ਵੀ ਪੂਰੀ ਹੋ ਗਈ ਆ। ਹਾਂਜੀ, ਆਪਾਂ ਜਾ ਰਹੇ ਹਾਂ ਅਹਾਇਓ ਤੋਂ ਟੈਕਸਸ ਨੂੰ। ਇਹ ਲੋਡ ਡਿਲੀਵਰ ਕਰਨਾ ਮੈਂ ਟੈਕਸਸ ਡੈਲਸ, ਅਤੇ ਇੱਕ ਪਹਿਲਾਂ ਵੀਡੀਓ ਪਾਈ ਸੀ ਮੈਂ, ਅਤੇ ਉਹ ਵੀ ਟੈਕਸਸ ਆਏ ਸੀਗੇ ਅਸੀਂ, ਅਤੇ ਆਹ ਵੀਡੀਓ ਇੱਕ ਹੋਰ ਪਾਉਣ ਲੱਗੇ ਆਪਾਂ, ਅਤੇ ਹੁਣ ਅਹਾਇਓ ਤੋਂ ਟੈਕਸਸ ਨੂੰ ਜਾ ਰਹੇ ਹਾਂ, ਅਤੇ ਤੁਹਾਨੂੰ ਮੈਂ ਪਹਿਲਾਂ ਸਾਰਾ ਦਿਖਾ ਕੇ ਹਟ ਰਿਹਾ। ਅੱਜ ਨਾ ਸੂਰਜ ਗ੍ਰਹਿ ਲੱਗਿਆ ਸੀਗਾ, ਅਤੇ ਉਹਦੀ ਵੀਡੀਓ ਸਾਰੀ ਬਣਾਈ ਆ, ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਆ। ਅਤੇ ਬਸ ਹੁਣ ਆਪਣਾ ਰਸਤਾ ਥੋੜ੍ਹਾ ਹੀ ਰਹਿ ਗਿਆ, ਪਹੁੰਚ ਜਾਣਾ ਆਪਾਂ, ਅਤੇ ਫਿਰ ਆਪਾਂ ਚੱਲ ਕੇ ਤੁਹਾਨੂੰ ਮਿਲਦੇ ਹਾਂ ਹੁਣ ਉੱਥੇ ਟੈਕਸਸ। ਆ ਵੇਖੋ ਕਿੰਨਾ ਸੋਹਣਾ ਵੈਦਰ ਆ, ਕੁਦਰਤ ਦੇ ਨਜ਼ਾਰੇ ਵੇਖੋ। ਉੱਥੇ ਦੇਖ ਲਓ ਇੱਕੇ ਨਵੀਂ ਹਨੇਰਾ ਹੋ ਗਿਆ ਸੀਗਾ, ਇੱਦਾਂ ਲੱਗਦਾ ਸੀ ਜਿਵੇਂ 7-8 ਦਾ ਟਾਈਮ ਹੁੰਦਾ, ਅਤੇ ਫਿਰ ਹੌਲੀ ਹੌਲੀ ਫਿਰ ਚਾਨਣ ਹੋ ਗਿਆ, ਅਤੇ ਚਲੋ ਆ ਜਾਓ ਚੱਲ ਕੇ ਮਿਲਦੇ ਆਪਾਂ ਤੁਹਾਨੂੰ ਹੁਣ ਅੱਗੇ। ਆਹ ਵੇਖੋ ਖੜੀਆਂ ਇਹਨਾਂ ਦੀਆਂ ਕਿਸ਼ਤੀਆਂ ਵੋਟ ਇੱਥੇ। ਹੁਣ ਆਹ ਗਰਮੀ ਆ ਗਈ ਆ, ਹੁਣ ਗਰਮੀ ਦੇ ਵਿੱਚ ਇਹਨਾਂ ਨੇ ਆ ਫੁੱਲ ਨਜ਼ਾਰੇ ਲੈਣੇ ਆ ਬੀਚ ਦੇ ਗੋਰਿਆਂ ਨੇ। ਆਹ ਵੇਖੋ ਕਿੰਨਾ ਸੋਹਣਾ ਲੱਗ ਰਿਹਾ, ਬੀਚ ਦੇ ਨਜ਼ਾਰੇ ਲੈਣੇ ਹੁਣ ਇਹਨਾਂ ਨੇ ਇੱਥੇ, ਕਿਆ ਬਾਤ ਆ। ਚਲੋ ਆ ਜਾਓ ਫਿਰ ਆਪਾਂ ਤੁਹਾਨੂੰ ਚਲ ਮਿਲਦੇ ਹੁਣ ਚੱਲ ਕੇ ਅੱਗੇ। ਹਾਂਜੀ, ਆਪਾਂ ਵੇਅਰ ਹਾਊਸ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਲੋਡ ਡਿਲੀਵਰ ਕਰਨਾ ਸੀਗਾ, ਅਤੇ ਆਹ ਇੱਥੇ ਡੋਰ 'ਤੇ ਲਾਇਆ ਹੋਇਆ ਟਰੱਕ, ਚੈਕਿੰਗ ਆਪਣੀ ਡੋਰ 'ਤੇ ਹੋ ਗਈ ਸੀ ਮੇਨ 'ਤੇ, ਅਤੇ ਹੁਣ ਇੱਥੇ ਪੇਪਰ ਅੰਦਰ ਦੇਣਾ ਆ ਆਫਿਸ ਦੇ ਵਿੱਚ। ਅਤੇ ਆਹ ਦੇਖੋ ਜਿਵੇਂ ਆਪਣੇ ਇੰਡੀਆ ਨਹੀਂ ਹੁੰਦੀ ਮੰਡੀ, ਸਬਜ਼ੀ ਮੰਡੀ ਦਾ ਉੱਦਾਂ ਦਾ ਸ਼ੈੱਡ ਜਿਹਾ ਇਹ। ਅਤੇ ਇੱਥੇ ਵੀਡੀਓ ਦਾ ਐਂਡ ਕਰਦੇ ਹਾਂ, ਅਤੇ ਤੁਸੀਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ, ਅਤੇ ਫਿਰ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ। ਓਕੇ ਬਾਏ, ਸਤਿ ਸ਼੍ਰੀ ਅਕਾਲ।